हाय गाइस ਅੱਜ ਅਸੀਂ ਸਿੱਖਾਂਗੇ ਜੀ ਕਿ ਅਸੀਂ 600 ਵਾਲਾ ਦਮੰਦਾ ਆਨਲਾਈਨ IMS ਦੀ ਐਪ ਉੱਤੇ ਕਿੰਜ ਕਰ ਸਕਨੇ ਆ ਸਭ ਤੋਂ ਪਹਿਲਾਂ ਜੀ ਸਾਨੂੰ ਇਹਦੇ ਵਾਸਤੇ ਪਿੰਨ ਚਾਹੀਦੀ ਹੈ ਤੇ ਕੋਈ ਦੀ ਚੈਕ ਫਿਸਕਾਲ ਚਾਹੀਦਾ ਹੈ ਅਸੀਂ ਪੇਜ ਓਪਨ ਕਰਕੇ ਹੋਮ ਪੇਜ ਤੇ ਜਾਵਾਂਗੇ ਹਾਂਜੀ ਇੱਥੇ ਅਸੀਂ ਸਾਈਨ ਇਨ ਕਰਾਂਗੇ ਸਾਈਨ ਇਨ ਕਰਨ ਤੋਂ ਬਾਅਦ ਇੱਥੇ ਅਸੀਂ ਕੋਈ ਦੀ ਚੈਕ ਫਿਸਕਾਲ ਲਿਖਾਂਗੇ ਤੇ ਥੱਲੇ ਅਸੀਂ ਪਿੰਨ ਲਿਖਾਂਗੇ ਜਿਹੜੀ ਪਿੰਨ ਸਾਡੇ ਕੋਲ ਹੈ ਠੀਕ ਹੈ ਜੀ ਐਮ ਲਿਖਤਾ ਵੈ ਅਚੇਦੀ ਕਰਨਾ ਜੀ ਜਿਸ ਤੁਹਾਡਾ ਅਕਾਊਂਟ ਓਪਨ ਹੋ ਗਿਆ ਐਮਸ ਵਿੱਚ ਅਕਾਊਂਟ ਓਪਨ ਹੋਣ ਤੋਂ ਬਾਅਦ ਤੁਸੀਂ ਸਰਚ ਕਰਨਾ ਜੀ ਤੁਸੀਂ ਜਿਹੜਾ ਦਮੰਦਾ ਕਰਨਾ ਚਾਹੁੰਦੇ ਹੋ ਤੁਸੀਂ ਉਹ ਦਮੰਦਾ ਲਿਖਣਾ ਇੱਥੇ ਅਸੀਂ ਦਮੰਦਾ ਕਰਨਾ ਚਾਹੁੰਦੇ ਹਾਂ ਜੀ 600 ਵਾਲਾ ਤੇ ਅਸੀਂ ਉਹ ਓਪਨ ਕੀਤਾ ਵੈ ਠੀਕ ਹੈ ਜੀ ਤੁਸੀਂ ਅਵਾਂਤੀ ਕਰਨਾ ਜੀ ਅਸੀਂ ਹੁੰਦਵਾੰਦਾ ਕਰ ਰਹੇ ਹਾਂ 600 ਵਾਲਾ ਹਵਾਨਤੀ ਕਰਕੇ ਇੱਥੇ ਤੁਸੀਂ ਆਪਣਾ ਫੋਨ ਨੰਬਰ ਦੇਣਾ ਹੈ ਇੱਥੇ ਵੀ ਫੋਨ ਨੰਬਰ ਇਹ ਜਗ੍ਹਾ ਤੁਸੀਂ ਆਪਣੀ ਈਮੇਲ ਦੇਣੀ ਹੈ ਫੋਨ ਦੇ ਕੇ ਈਮੇਲ ਦੇ ਕੇ ਤੁਸੀਂ ਹਵਾਨਤੀ ਕਰਨਾ ਹੈ ਹਵਾਨਤੀ ਕਰਕੇ ਫਿਰ ਤੁਹਾਨੂੰ ਪੁੱਛੇਗਾ ਜੀ ਤੁਸੀਂ ਕਿਹੜਾ ਕੰਮ ਕਰਦੇ ਹੋ ਤੁਸੀਂ ਕਾਦੇ ਵਾਸਤੇ ਦਮਾਨਾ ਕਰ ਰਹੇ ਹੋ ਅਸੀਂ ਇੱਥੇ ਕਲਿੱਕ ਕਰਨਾ ਜੀ ਕਿ ਅਸੀਂ ਆਤੂਨਮੋ ਕੰਮ ਕਰਨੇ ਜਿਹੜਾ ਬੰਦਾ ਜਿਹਦਾ ਦਮੰਦਾ ਮੈਂ ਕਰ ਰਿਆ ਵਾ ਉਹ ਆਤੂਨਮੋ ਕੰਮ ਕਰਦਾ ਵਾ ਉਹਦਾ ਆਪਣਾ ਕੰਮ ਹੈ ਠੀਕ ਹੈ ਜੀ ਕਮਰ ਚਾਹੁੰਦੇ ਹੈ ਜਿਹੜੇ ਆਪਸ਼ਨ ਹੀ ਕਲਿੱਕ ਕਰਕੇ ਹੀ ਹਵਾਨਤੀ ਕਰਤਾ ਹਵਾਨਤੀ ਕਰਕੇ ਉਹਨੇ ਪੁੱਛਿਆ ਜੀ ਤੁਹਾਨੂੰ ਪੇਮੈਂਟ ਕਿੰਜ ਕਰੀਏ ਤੁਹਾਨੂੰ ਤੁਹਾਡੇ ਅਕਾਊਂਟ ਵਿੱਚ ਪੈਸੇ ਪਾਈਏ ਜਾਂ ਤੁਹਾਡੇ ਤੁਹਾਡੇ ਕਾਰ ਬੋਨਿਫੀਕੋ ਕਰੀਏ ਮੈਂ ਕੀ ਕਿਹਾ ਜੀ ਕਿ ਸਾਡੇ ਕੋਨ ਤੋਂ ਕਰੰਦੇ ਵਿੱਚ ਪੈਸੇ ਪਾਓ ਅਕਰੇ ਦਿੱਤੋ ਸੁਕੋਂ ਤੋਂ ਕਰਾਂ ਤੇ ਇਹ ਕਰਨਾ ਜੀ ਐਥੇ ਕਲਿੱਕ ਕਰਨ ਤੋਂ ਬਾਅਦ ਉਹਨੇ ਪੁੱਛਿਆ ਜੀ ਤੁਸੀਂ ਆਪਣਾ ਇਹ ਬਾਨ ਦੋ ਇਬਨ ਨੰਬਰ ਮੈਂ ਇਬਨ ਨੰਬਰ ਡਾਇਲ ਕਰਤਾ ਉਹਨੇ ਕਹੇ ਜੀ ਅੱਗੇ ਅਵਾਂਤੀ ਫਿਰ ਇਹ ਵਾਂਤੀ ਕਰਨਾ ਹੈ ਸਾਡਾ ਦਮਾਂ ਦਾ ਜਰਾ ਹੋ ਗਿਆ ਵੈ ਹੁਣ ਉਹ ਤੁਹਾਨੂੰ ਕਹੇਗਾ ਕਿ ਤੁਸੀਂ ਕਨਫਰਮ ਕਰ ਲਓ ਤੁਹਾਡਾ ਡਾਟਾ ਜਿਹੜਾ ਉਹ ਸਾਰਾ ਸਹੀ ਹੈ ਮੈਂ ਜੀ ਕਨਫਰਮ ਕਰ ਲਿਆ ਸਾਰਾ ਵੇਖ ਲਿਆ ਬਿਲਕੁਲ ਠੀਕ ਹੈ ਮੈਂ ਓਕੇ ਕਰਤਾ ਵੈ ਦਮੰਦਾ ਸਾਡਾ ਹੋ ਗਿਆ ਜੀ ਹੁਣ ਜੀ ਰਚੂਤਰਨ ਵਾਸਤੇ ਮੈਂ ਕਲਿੱਕ ਕਰਾਂਗਾ ਸਟਾਮ ਪਰ ਰਚੂਤਾ ਤੇ ਡਾਊਨਲੋਡ ਹੋਣਿਆ ਜੀ ਇਹ ਸਾਡਾ ਰਚੂਤਾ ਜੀ ਠੀਕ ਹੈ ਜੀ ਸਾਡਾ ਦਮੰਦਾ ਹੋ ਗਿਆ ਜੀ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੇ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤੇ ਆਪਣੇ ਦੋਸਤਾਂ ਵਿੱਚ ਵੀ ਸ਼ੇਅਰ ਕਰੋ ਤਾਂ ਕਿ ਜਿਹਨੂੰ ਨਹੀਂ ਪਤਾ ਕਿ ਦਮੰਦਾ ਕਿੰਜ ਕਰਨਾ ਹੈ ਉਹ ਵੀ ਦਮੰਦਾ ਕਰ ਸਕੇ ਠੀਕ ਹੈ ਜੀ ਗ੍ਰੇਸਿਸ ਮਿਲਲੇ ਤੁਹਾਡਾ ਬਹੁਤ ਗ੍ਰੇਸਿਸ ਤੁਸੀਂ ਵੀਡੀਓ ਦੇਖੀ